आज मैं बहुत खुश हूँ। आखिर 15 साल बाद मेरी बहन को औलाद का सुख जो मिला है, ना जाने कहाँ कहाँ भटक गए। आखिर खुशी मिली तो अंश IVF इनफर्टिलिटी सेंटर मोगा में। अगर आप भी औलाद का सुख चाहते हैं और बहुत जगह भटक चुके हैं तो एक बार ज़रूर आएं अंश IVF इनफर्टिलिटी सेंटर, रेलवे रोड, मोगा। ਦੇ ਵਿੱਚ ਜਿਹੜਾ ਵੀ ਐਜੂਕੇਸ਼ਨ ਸਿਸਟਮ ਹੈ, ਜਿੰਨੇ ਵੀ ਸਕੂਲ ਨੇ, ਉਹ ਦੇਸ਼ ਦੀ ਨਿਓ ਬਣਾਉਣ ਦਾ ਕੰਮ ਕਰਦੇ ਨੇ। ਔਰ ਇਸੇ ਤਰ੍ਹਾਂ ਹੀ ਜਿਹੜੇ ਸੋਸ਼ਲ ਈਵਲ ਨੇ, ਸਮਾਜਿਕ ਬੁਰਾਈਆਂ ਨੇ, ਸਾਡੀਆਂ ਜ਼ਰੂਰਤਾਂ ਨੇ, ਉਹ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਨੇ। ਉਹਨਾਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਸਾਡੇ ਸਕੂਲ ਨੇ ਜਿਹੜੇ, ਉਹ ਬੱਚਿਆਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੇ ਨੇ। ਇਸੇ ਤਰ੍ਹਾਂ ਹੀ ਪਿਛੜੂ ਸਕੂਲ ਵੱਲੋਂ ਇਸ ਸਮੇਂ ਜੋ ਪੋਲਿਊਸ਼ਨ ਦੀ ਬਿਮਾਰੀ, ਸਮਾਜਿਕ ਬੁਰਾਈ ਬੜੇ ਵੱਡੇ ਪੱਧਰ 'ਤੇ ਫੈਲ ਰਹੀ ਹੈ, ਉਸ ਨੂੰ ਖਤਮ ਕਰਨ ਦੇ ਲਈ ਗ੍ਰੀਨ ਦੀਵਾਲੀ ਦਾ ਉਪਰਾਲਾ ਕਰ ਰਹੀ ਹੈ। ਗ੍ਰੀਨ ਦੀਵਾਲੀ ਤੋਂ ਸਾਡੇ ਸਕੂਲ ਦੇ ਬੱਚਿਆਂ ਨੂੰ ਇਸ ਗੱਲ ਲਈ ਐਜੂਕੇਟ ਕੀਤਾ ਗਿਆ ਤਾਂ ਕਿ ਉਹ ਘਰ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹ ਸੰਦੇਸ਼ ਦੇਣ ਵੀ ਇਸ ਦੀਵਾਲੀ ਦੇ ਉੱਤੇ ਕਿਸੇ ਤਰ੍ਹਾਂ ਦੀ ਪੋਲਿਊਸ਼ਨ ਨਹੀਂ ਕਰਨੀ ਹੈ, ਔਰ ਕਿਸੇ ਤਰ੍ਹਾਂ ਦਾ ਧੂੰਆਂ, ਕਿਸੇ ਤਰ੍ਹਾਂ ਦੀ ਅੱਗ, ਕਿਸੇ ਤਰ੍ਹਾਂ ਦੇ ਨਾਲ ਜਿਹੜਾ ਹੈ ਸਮਾਜ ਦੇ ਵਾਤਾਵਰਨ ਨੂੰ ਖਰਾਬ ਨਹੀਂ ਕਰਨਾ ਹੈਗਾ, ਅਤੇ ਗ੍ਰੀਨ ਦੀਵਾਲੀ ਬਣਾਉਣੀ ਹੈ। ਗ੍ਰੀਨ ਦੀਵਾਲੀ ਤੋਂ ਭਾਵ ਹੈ ਵੀ ਦੀਵਾਲੀ ਦੇ ਉੱਤੇ ਪੋਲਿਊਸ਼ਨ ਨਾ ਕਰਕੇ ਉਸਦੀ ਖੁਸ਼ੀ ਮਨਾਈ ਜਾਵੇ, ਪਟਾਕੇ ਨਾ ਚਲਾਏ ਜਾਣ, ਔਰ ਧੂੰਏ ਔਰ ਪੋਲਿਊਸ਼ਨ ਦਾ ਕੋਈ ਕੰਮ ਨਾ ਕੀਤਾ ਜਾਵੇ, ਜਿਹਦੇ ਨਾਲ ਅਸੀਂ ਇਸ ਸਮਾਜਿਕ ਬੁਰਾਈ ਨੂੰ ਦੂਰ ਕਰਨ ਦੇ ਲਈ ਉਹਦੇ 'ਚ ਆਪਣਾ ਯੋਗਦਾਨ ਪਾ ਸਕਦੇ। ਸਭ ਤੋਂ ਪਹਿਲਾਂ ਜਿਹੜਾ ਹੈ ਸਕੂਲ ਦੇ ਵਿੱਚ ਬੂਟੇ ਲਗਾਏ ਗਏ ਨੇ, ਔਰ ਬੂਟੇ ਲਗਾਉਣ ਤੋਂ ਬਾਅਦ ਬੱਚਿਆਂ ਨੂੰ ਐਜੂਕੇਟ ਕੀਤਾ ਗਿਆ, ਉਹਨਾਂ ਨੂੰ ਸੰਦੇਸ਼ ਦਿੱਤਾ ਗਿਆ, ਔਰ ਉਹਨਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਗਿਆ ਤਾਂ ਕਿ ਉਹ ਗ੍ਰੀਨ ਦੀਵਾਲੀ ਦਾ ਸੰਦੇਸ਼ ਘਰ ਘਰ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਮਾਤਾ ਪਿਤਾ ਨੂੰ ਆਪ ਵੀ ਪਹੁੰਚਾਉਣ। ਬੇਟਾ, ਆਪ ਸਭੀ ਕੋ ਪਤਾ ਹੀ ਹੈ ਕਿ ਦੀਪਾਵਲੀ ਕਾ ਤਿਉਹਾਰ ਬਹੁਤ ਹੀ ਨਜ਼ਦੀਕ ਹੈ, ਤਾਂ ਹਰ ਸਾਲ ਦੀਪਾਵਲੀ ਕੇ ਉਪਰੰਤ ਹਮੇ ਦੇਖਤੇ ਹੈ ਕਿ ਬੱਚੇ ਔਰ ਬੜੇ ਮਿਲ ਜੁਲ ਕਰ ਬਹੁਤ ਜ਼ਿਆਦਾ ਪਟਾਕੇ ਚਲਾਤੇ ਹੈ, ਜਿਨਕੀ ਵਜ੍ਹਾ ਸੇ ਹਮਾਰਾ ਵਾਤਾਵਰਨ ਦੂਸ਼ਿਤ ਹੋ ਜਾਤਾ ਹੈ, ਔਰ ਉਸਕੇ ਅਗਲੇ ਹੀ ਦਿਨ ਉਸਕਾ ਅਸਰ ਪਤਾ ਚਲਤਾ ਹੈ ਕਿ ਹਮਾਰੇ ਆਸ ਪੜੋਸ ਮੇਂ ਬਹੁਤ ਜ਼ਿਆਦਾ ਫੌਗ ਇਕੱਠੀ ਹੋ ਜਾਂਦੀ ਹੈ ਔਰ ਆਨੇ ਜਾਣੇ ਮੇਂ ਪ੍ਰੋਬਲਮ ਆਤੀ ਹੈ। ਇਸਕੇ ਇਲਾਵਾ ਜੋ ਬੱਚੇ ਅਲਰਜਿਕ ਹੈ, ਆਸਥਮਾ ਕੀ ਪ੍ਰੋਬਲਮ ਹੈ ਜਾਂ ਆਈਸ ਮੇਂ ਅਲਰਜੀ ਹੈ, ਉਨਕੋ ਵੀ ਇਸ ਚੀਜ਼ ਕਾ ਅਸਰ ਦਿਖਤਾ ਹੈ। ਇਸ ਪਟਾਖੋਂ ਕੀ ਵਜ੍ਹਾ ਸੇ ਹਮ ਸਿਰਫ ਪੈਸੋ ਕਾ ਨੁਕਸਾਨ ਨਹੀਂ ਕਰਤੇ ਬਲਕਿ ਆਪਣੀ ਸਿਹਤ ਕਾ ਵੀ ਨੁਕਸਾਨ ਕਰਤੇ ਹੈ। ਇਸ ਸਾਲ ਆਪਣੇ ਮੋਗਾ ਜ਼ਿਲ੍ਹਾ ਮੇਂ ਪਿਛਲੋ ਪਬਲਿਕ ਸਕੂਲ ਮੋਗਾ ਕੀ ਤਰਫ ਸੇ ਯੇ ਇੱਕ ਰਾਈਡ ਚਲਾਨੀ ਹੈ ਕਿ ਇਸ ਦੀਪਾਵਲੀ ਕੋ ਹਮ ਗ੍ਰੀਨ ਦੀਪਾਵਲੀ ਕੇ ਰੂਪ ਮੇਂ ਸੈਲੀਬ੍ਰੇਟ ਕਰੇਂ। ਗ੍ਰੀਨ ਦੀਪਾਵਲੀ ਮੇਂ ਅਗਰ ਹਮ ਪਟਾਖੇ ਨਹੀਂ ਚਲਾਤੇ ਤੋ ਇਸਸੇ ਹਮਾਰੇ ਮਨੀ ਸੇਵ ਹੋਗੀ। ਇਸਕੇ ਇਲਾਵਾ ਜੋ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਹਮਾਰੀ ਸਿਹਤ, ਉਸਕੋ ਹਮ ਅੱਛੀ ਭਲੀ ਭਾਤੀ ਸੁਧਾਰ ਸਕਤੇ ਹੈ, ਔਰ ਹਮਾਰੀ ਇਨ ਛੋਟੀ ਛੋਟੀ ਕਮੀਓ ਕੀ ਵਜ੍ਹਾ ਸੇ ਜੋ ਬਾਕੀ ਕੇ ਬੱਚੇ ਇਸ ਸਮੱਸਿਆ ਮੇਂ ਆਤੇ ਹੈ ਉਹ ਵੀ ਬਚ ਜਾਏਗੀ। ਤੋ ਮੇਰੀ ਆਪ ਸਭੀ ਸੇ ਪ੍ਰਾਰਥਨਾ ਹੈ ਕਿ ਹਮ ਮਿਲ ਜੁਲ ਕਰ ਇੱਕ ਡਰਾਈਵ ਸਟਾਰਟ ਕਰੇਂ ਪੂਰਾ ਜ਼ਿਲ੍ਹਾ ਮੋਗਾ ਮੇਂ, ਔਰ ਹਰ ਇੱਕ ਨਾਗਰਿਕ ਕੋ ਇਹ, ਔਰ ਕੋਈ ਵੀ ਐਸਾ ਕੰਮ ਨਹੀਂ ਕਰੇਂਗੇ ਜਿਸਕੀ ਵਜ੍ਹਾ ਸੇ ਹਮਾਰਾ ਜੋ ਵਾਤਾਵਰਨ ਦੂਸ਼ਿਤ ਹੋ। ਇਸਕੀ ਬਜਾਏ ਹਮ ਇਸ ਬਾਤ ਕਾ ਵੀ ਪ੍ਰਣ ਲੇ ਕਿ ਹਮ ਜ਼ਿਆਦਾ ਸੇ ਜ਼ਿਆਦਾ ਪਲਾਂਟਸ ਕੋ ਲਗਾਏਂਗੇ ਤਾਂ ਕਿ ਮਿਲ ਸਕੇ ਜੋ ਕਿ ਹਮਾਰਾ ਜਨਮ ਸਿੱਧ ਅਧਿਕਾਰ ਹੈ। ਤੋ ਆਪ ਸਭੀ ਮੇਰੇ ਸਾਥ ਮਿਲ ਕਰ ਇਸ ਮੁਹਿੰਮ ਮੇਂ ਸ਼ਾਮਿਲ ਹੋ ਕਰ, ਜਹਾਂ ਵੀ ਆਪ ਰਹਿਤੇ ਹੋ, ਆਪਣੀ ਕਾਲੋਨੀ ਮੇਂ ਰਹਿਤੇ ਹੋ, ਆਪਣੇ ਆਸ ਪੜੋਸ ਮੇਂ ਰਹਿਤੇ ਹੋ, ਜੋ ਬੱਚੇ ਆਪਕੀ ਏਜ ਮੇਂ ਆਪਕੇ ਕਲਾਸਮੇਟਸ ਹੈ ਜਾਂ ਸਕੂਲਮੇਟਸ ਹੈ ਜਾਂ ਆਪਣੀ ਗਲੀਓ ਮੇਂ, ਕਾਲੋਨੀਜ਼ ਮੇਂ ਜੋ ਮਿਲਤੇ ਹੈ, ਉਨ ਸਭੀ ਕੋ ਇਸਕੇ ਉੱਪਰ ਜਾਗਰੂਕ ਕਰੀਏ ਕਿ ਪਟਾਕੇ ਚਲਾਨੇ ਸੇ ਹਮਾਰਾ ਖੁਦ ਕਾ ਜੋ ਸਰੀਰ ਹੈ ਉਹ ਖਰਾਬ ਹੋਤਾ, ਹਮਾਰੀ ਸਿਹਤ ਖਰਾਬ ਹੋਤੀ ਹੈ। ਆਲ ਦਾ ਬੈਸਟ। ਹੈਪੀ ਦੀਵਾਲੀ, ਗ੍ਰੀਨ ਦੀਵਾਲੀ। 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 Happy Diwali, Green Diwali. Happy Diwali, Green Diwali. Happy Diwali, Green Diwali. Happy Diwali, Green Diwali.
हैप्पी दिवाली, ग्रीन दिवाली, हैप्पी दिवाली, ग्रीन दिवाली, हैप्पी दिवाली, ग्रीन दिवाली, हैप्पी दिवाली, ग्रीन दिवाली। आगे बेटा पानी डालो, आगे पानी डालो, पानी डालो। अब होने से करो शुरू जी। ओके जी, ठीक है। ਪਲਾਸਟਿਕ ਪਲਾਸਟਿਕ ਅੱਜ ਕੱਲ੍ਹ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਹੈਗਾ, ਜਿਹਦੇ ਕਰਕੇ ਸਾਨੂੰ ਬਹੁਤ ਪ੍ਰੋਬਲਮਸ ਹੋ ਰਹੀਆਂ ਨੇ। ਪਲਾਸਟਿਕ ਜਦੋਂ ਆਪਾਂ ਬਰਨ ਕਰਦੇ ਹਾਂ ਬਹੁਤ ਹਾਰਮਫੁਲ ਗੈਸਿਸ ਰਿਲੀਜ਼ ਹੁੰਦੀਆਂ, ਜਿਹੜੇ ਆਪਣੇ ਐਨਵਾਇਰਮੈਂਟ ਨੂੰ ਬਹੁਤ ਜ਼ਿਆਦਾ ਪੋਲਿਊਟ ਕਰਦੀਆਂ ਨੇ, ਅਤੇ ਉਹ ਗੈਸਿਸ ਆਪਣੇ ਹੈਲਥ ਲਈ ਵੀ ਬਹੁਤ ਭੈੜੀਆਂ ਨੇ। ਜਿਵੇਂ ਉਹ ਅਸਥਮਾ ਕੋਸ ਕਰਦੀਆਂ, ਹੋਰ ਕੋਈ ਰੈਸਪੀਰੇਟਰੀ ਡਿਸੀਜ਼ ਕੋਸ ਕਰਦੀਆਂ, ਜਿਹੜੀ ਆਪਾਂ ਨੂੰ ਫਿਊਚਰ ਵਿੱਚ ਬਹੁਤ ਹਾਰਮਫੁਲ ਹੋਣਗੀਆਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਿਰਨਦੀਪ ਕੌਰ ਹੈ। ਕਿਰਨ ਜੀ, ਤੁਹਾਡੇ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਜਾ ਰਿਹਾ ਦੀਵਾਲੀ ਨੂੰ ਲੈ ਕੇ, ਗ੍ਰੀਨ ਦੀਵਾਲੀ ਦਾ ਕੀ ਮੈਸੇਜ ਦੇ ਰਹੇ ਹੋ? ਜੀ, ਅਸੀਂ ਘਰ ਘਰ ਜਾ ਕੇ ਲੋਕਾਂ ਨੂੰ ਸਿਰਫ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ। ਗ੍ਰੀਨ ਦੀਵਾਲੀ ਦਾ ਮਤਲਬ ਹੈ ਕਿ ਤੁਸੀਂ ਵੱਧ ਤੋਂ ਵੱਧ ਪੇੜ ਲਗਾਓ, ਘੱਟ ਤੋਂ ਘੱਟ ਤੁਸੀਂ ਪਟਾਕੇ ਚਲਾਓ। ਇਹਦੇ ਨਾਲ ਸਾਨੂੰ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਅਸੀਂ ਦੇਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਲੋਕ ਘੱਟ ਤੋਂ ਘੱਟ ਪਲਾਸਟਿਕ ਦੇ ਬਣੇ ਸਮਾਨ ਨੂੰ ਇਸਤੇਮਾਲ ਕਰਨ, ਤਾਂ ਕਿ ਉਹ ਆਪਣੇ ਵਾਤਾਵਰਨ ਨੂੰ ਬਚਾ ਸਕਣ। ਅਸੀਂ ਚਾਹੁੰਦੇ ਹਾਂ ਕਿ ਕਿਸੇ ਦੀ ਵੀ ਬਹੁਤ ਜ਼ਿਆਦਾ ਅਸੀਂ ਹੈਲਪ ਕਰ ਸਕੀਏ ਇਸ ਚੀਜ਼ ਨਾਲ, ਅਸੀਂ ਕਿਸੇ ਗਰੀਬ ਦਾ ਢਿੱਡ ਭਰ ਸਕੀਏ, ਅਸੀਂ ਵੱਧ ਤੋਂ ਵੱਧ ਪੇੜ ਲਗਾ ਸਕੀਏ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ। ਪਟਾਕੇ ਚਲਾਉਣ ਨਾਲ ਕਦੇ ਨਾ ਤਾਂ ਅੱਜ ਤੱਕ ਕਿਸੇ ਦਾ ਭਲਾ ਹੋਇਆ ਹੈ, ਨਾ ਹੀ ਕਦੇ ਹੋਣਾ ਹੈ, ਅਤੇ ਇਸ ਚੀਜ਼ ਤੋਂ ਬਚਣ ਲਈ ਅਸੀਂ ਮੁਹਿੰਮ ਚਲਾਈ ਹੈ। ਮੈਂ ਆਪਣੇ ਸਕੂਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹਨੇ ਸਾਨੂੰ ਇਹ ਮੌਕਾ ਦਿੱਤਾ ਹੈ, ਅਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਪਲੀਜ਼ ਵੱਧ ਤੋਂ ਵੱਧ ਪੇੜ ਲਗਾ ਸਕੋ ਅਤੇ ਵੱਧ ਘੱਟ ਤੋਂ ਘੱਟ ਪਟਾਕੇ ਚਲਾਓ, ਜਿਹਦੇ ਨਾਲ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਸਕੀਏ। ਅਵਨੀਤ ਜੀ, ਦੀਵਾਲੀ ਫੈਸਟੀਵਲ ਆ ਰਿਹਾ, ਤੁਹਾਡੇ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈਗੀ ਹੈ ਗ੍ਰੀਨ ਦੀਵਾਲੀ ਦੀ, ਕੀ ਮੁਹਿੰਮ ਹੈਗੀ ਸਾਡੀ? ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਪ੍ਰਦੂਸ਼ਣ ਬਹੁਤ ਹੀ ਜ਼ਿਆਦਾ ਵੱਧ ਰਿਹਾ, ਇਸ ਲਈ ਸਾਡੇ ਸਕੂਲ ਨੇ ਇੱਕ ਇਨੀਸ਼ੀਏਟਿਵ ਚੱਕਿਆ ਜਿਹਦੇ ਵਾਸਤੇ ਅਸੀਂ ਇੱਕ ਮੁਹਿੰਮ ਚਲਾਇਆ ਜਿਹਨੂੰ ਕਿ ਅਸੀਂ ਗ੍ਰੀਨ ਦੀਵਾਲੀ ਦਾ ਨਾਮ ਦਿੱਤਾ।
ਅਸੀਂ ਘਰ ਘਰ ਇਹ ਮੈਸੇਜ ਪਹੁੰਚਾਵਾਂਗੇ ਕਿ ਪਟਾਕਿਆਂ ਤੇ ਪੈਸੇ ਲਾਉਣ ਤੋਂ ਵਧੀਆ, ਲੜੀਆਂ ਤੇ ਵਾਧੂ ਦੇ ਖਰਚੇ ਕਰਨ ਤੋਂ ਵਧੀਆ ਆਪਾਂ ਕਿਸੇ ਗਰੀਬ ਦਾ ਢਿੱਡ ਭਰ ਦਈਏ, ਹਨਾ, ਵੀ ਨਵੇਂ ਪੌਦੇ ਲਾ ਦਈਏ ਜਿਹਦੇ ਨਾਲ ਆਪਣੇ ਵਾਤਾਵਰਨ ਨੂੰ ਵੀ ਕੋਈ ਫਾਇਦਾ ਹੋਵੇ। ਸਿਰਫ ਆਪਦੀ ਖੁਸ਼ੀ ਵਾਸਤੇ ਪਟਾਕੇ ਚਲਾਉਣਾ ਤੇ ਉਹਦਾ ਵੀ ਜਿਹਦਾ ਕਿ ਬਹੁਤ ਭੈੜਾ ਅਸਰ ਹੁੰਦਾ ਆਪਣੇ ਇਨਵਾਇਰਮੈਂਟ ਤੇ ਤੇ ਆਪਣੀ ਹੈਲਥ ਤੇ ਵੀ, ਤਾਂ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ। ਇਸ ਕਰਕੇ ਆਪਾਂ ਪੌਦੇ ਲਾਈਏ, ਆਪਾਂ ਮਿੱਟੀ ਦੇ ਦੀਵੇ ਜਗਾਉਣ ਦੀ ਕੋਸ਼ਿਸ਼ ਕਰੀਏ ਤੇ ਮਤਲਬ ਇਹੋ ਜਿਹੇ ਇਨੀਸ਼ੀਏਟਿਵ ਚੱਕੀਏ ਜਿਹਦੇ ਨਾਲ ਬਾਕੀ ਲੋਕਾਂ ਨੂੰ ਵੀ ਤੇ ਆਪਣੀ ਹੈਲਥ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋ। ਪੰਕਜ ਜੀ, ਤੁਹਾਡੇ ਮੁਹਿੰਮ ਚਲਾਈ ਹੈ ਗ੍ਰੀਨ ਦੀਵਾਲੀ ਦੀ, ਕੀ ਮੈਸੇਜ ਦੇ ਰਹੇ ਹੋ? ਸਭ ਤੋਂ ਪਹਿਲਾਂ ਤਾਂ ਪੂਰੇ ਭਾਰਤ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ। ਇਸ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਸਕੂਲ ਵੱਲੋਂ ਜੋ ਗ੍ਰੀਨ ਦੀਵਾਲੀ ਦੀ ਮੁਹਿੰਮ ਚਲਾਈ ਗਈ ਹੈ, ਇਸ ਵਿੱਚ ਅਸੀਂ ਪੌਦੇ ਲਗਾ ਰਹੇ ਹਾਂ ਅਤੇ ਘਰ ਘਰ ਜਾ ਕੇ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਦੀਵਾਲੀ ਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਖਰਾਬ ਨਾ ਕਰੀਏ। ਜਿੱਦਾਂ ਆਪਾਂ ਕਹਿੰਦੇ ਹਾਂ ਪੰਜਾਬੀਆਂ 'ਚ ਕਹਿਣਾ ਕਿ ਧਰਤੀ ਸਾਡੀ ਮਾਂ ਹੈ, ਪਟਾਕੇ ਚਲਾ ਕੇ ਇੱਕ ਤਾਂ ਆਪਣੀ ਅਸੀਂ ਧਰਤੀ ਮਾਂ ਨੂੰ ਖਰਾਬ ਕਰਦੇ ਪਏ ਹਾਂ ਅਤੇ ਦੂਸਰਾ ਆਪਣੇ ਵਾਤਾਵਰਨ ਨੂੰ ਖਰਾਬ ਕਰਦੇ ਪਏ ਹਾਂ। ਸੋ ਇਸ ਕਰਕੇ ਹਰ ਇੱਕ ਬੰਦੇ ਨੂੰ ਚਾਹੀਦਾ ਕਿ ਪਟਾਕੇ ਘੱਟ ਤੋਂ ਘੱਟ ਚਲਾਏ ਜਾਣ। ਦੀਵਾਲੀ ਪ੍ਰਕਾਸ਼ ਦਾ ਪਰਵ ਹੈ, ਇਸ ਕਰਕੇ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਕਿਸੇ ਆਪਾਂ ਗਰੀਬ ਦੀ ਜ਼ਿੰਦਗੀ 'ਚ ਪ੍ਰਕਾਸ਼ ਕਰੀਏ, ਉਸਦੇ ਘਰ 'ਚ ਪ੍ਰਕਾਸ਼ ਕਰੀਏ, ਦੀਵਾਲੀ ਸਭ ਤੋਂ ਵਧੀਆ ਉਹ ਦੀਵਾਲੀ ਹੋਵੇਗੀ। ਅਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਸਮਾਜ ਵਿੱਚ ਕੁਝ ਸ਼ਰਾਰਤੀ ਤੱਤਵ ਹੁੰਦੇ ਹਨ ਜੋ ਕਿ ਜਾਨਵਰਾਂ ਦੇ ਪਿੱਛੇ ਪਟਾਕੇ ਚਲਾ ਦਿੰਦੇ ਹਨ, ਜਿਸ ਕਾਰਨ ਉਹਨਾਂ ਨੂੰ ਕਾਫੀ ਦੁੱਖ ਤਕਲੀਫ ਸਹਿਣੀ ਪੈਂਦੀ ਹੈ। ਸੋ ਮੇਰੀ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਉਹ ਇਹ ਚੀਜ਼ ਨਾ ਕਰਨ ਤਾਂ ਕਿ ਕਿਸੇ ਬੇਜ਼ੁਬਾਨ ਜਾਨਵਰ 'ਤੇ ਅੱਤਿਆਚਾਰ ਨਾ ਕੀਤਾ ਜਾਵੇ। ਥੈਂਕ ਯੂ। ਕੀ ਨਾਮ ਤੁਹਾਡਾ? ਸੁਖਮਨਪ੍ਰੀਤ ਸਿੰਘ। ਸੁਖਮਨ ਜੀ, ਤੁਹਾਡੇ ਸਕੂਲ ਵੱਲੋਂ ਇੱਕ ਘਰ ਘਰ ਜਾ ਕੇ ਗ੍ਰੀਨ ਦੀਵਾਲੀ ਦਾ ਮੈਸੇਜ ਦਿੱਤਾ ਜਾ ਰਿਹਾ, ਕੀ ਮੈਸੇਜ ਹੈ? ਮੈਸੇਜ ਇਹ ਹੈ ਕਿ ਪਹਿਲਾਂ ਤਾਂ ਸਾਰੇ ਭਾਰਤ ਵਾਸੀਆਂ ਨੂੰ ਮੇਰੇ ਵੱਲੋਂ ਅਤੇ ਮੇਰੇ ਸਕੂਲ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ। ਅਤੇ ਮੈਸੇਜ ਇਹਦੇ ਤਰ ਜਾ ਰਿਹਾ ਕਿ ਹਰ ਵਾਰ ਦੀ ਤਰ੍ਹਾਂ ਜਿਵੇਂ ਅਸੀਂ ਪਟਾਕੇ ਚਲਾਉਂਦੇ ਹਾਂ ਜਾਂ ਸਾਡੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਾਂ, ਇਹ ਸਭ ਨਾ ਕੀਤਾ ਜਾਵੇ। ਇਸ ਵਾਰ ਸਿਰਫ ਗ੍ਰੀਨ ਦੀਵਾਲੀ ਮਨਾਈ ਜਾਵੇ, ਜਿਵੇਂ ਕਿ ਮਿੱਟੀ ਦੇ ਦੀਵੇ ਬਾਲੇ ਜਾਣ ਜਾਂ ਕੁਝ ਇਹੋ ਜਿਹਾ ਕੀਤਾ ਜਾਵੇ ਜਿਸ ਨਾਲ ਸਾਡੇ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਪਹੁੰਚੇ, ਤਾਂ ਕਿ ਅਸੀਂ ਖੁਸ਼ੀ ਨਾਲ ਇਸ ਸਾਲ ਦੀਵਾਲੀ ਮਨਾ ਸਕੀਏ। ਅਤੇ ਲੋਕਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਕਿ ਕਿਸੇ ਤਰ੍ਹਾਂ ਦਾ ਵੀ ਐਸਾ ਵੀ ਕੋਈ ਕੰਮ ਨਾ ਕੀਤਾ ਜਾਵੇ ਦੀਵਾਲੀ 'ਤੇ ਜਿਸ ਕਾਰਨ ਸਾਡੇ ਵਾਤਾਵਰਨ ਨੂੰ ਪ੍ਰੋਬਲਮ ਆਵੇ ਜਾਂ ਸਾਨੂੰ ਪ੍ਰੋਬਲਮ ਆਵੇ। ਧੰਨਵਾਦ ਜੀ। ਅੱਜ ਜਿਵੇਂ ਕਿ ਰੂਮ ਪੋਲਿਊਸ਼ਨ ਅੱਜ ਕੱਲ੍ਹ ਕਿੰਨਾ ਜ਼ਿਆਦਾ ਵੱਧ ਰਿਹਾ, ਇਸ ਕਰਕੇ ਸਾਡੇ ਸਕੂਲ ਨੇ ਕੈਂਪਿੰਗ ਸਟਾਰਟ ਕੀਤੀ ਹੈ ਕਿ ਅਸੀਂ ਗ੍ਰੀਨ ਦੀਵਾਲੀ ਨੂੰ ਫੋਲੋ ਕਰੀਏ। ਪਟਾਕੇ ਚਲਾਉਣਾ ਕੋਈ ਫਾਇਦਾ ਤਾਂ ਹੈ ਨਹੀਂ, ਬਸ ਪੋਲਿਊਸ਼ਨ ਵੱਧਦਾ ਪਿਆ ਅਤੇ ਘਰ ਗਲੀਆਂ 'ਚ ਗੰਦ ਵੀ ਵੱਧਦਾ ਪਿਆ, ਇਸ ਲਈ ਗ੍ਰੀਨ ਦੀਵਾਲੀ ਬਣਾਈ ਜਾ ਰਹੀ ਹੈ ਤਾਂ ਕਿ ਪਲਾਂਟਸ ਵੀ ਗਰੋ ਹੋਣ ਅਤੇ ਜਿਹੜੇ ਆਪਾਂ ਪੈਸੇ ਪਟਾਕੇ ਨੂੰ ਲਾਉਂਦੇ ਹਾਂ ਉਹੀ ਪੈਸੇ ਆਪਾਂ ਕਿਸੇ ਗਰੀਬ ਦੇ ਘਰ ਦੇ ਜਾ ਕੇ ਉਹਨੂੰ ਕੁਛ ਖਵਾ ਪਿਆ ਦੀਏ, ਉਹਨੂੰ ਕੋਈ ਨਵੇਂ ਕੱਪੜੇ ਲੈ ਦੀਏ, ਜਿੰਨਾ ਕੁਛ ਫਾਇਦੇ ਹੈਗੇ। ਇਹ ਕੈਂਪਿੰਗ ਸਾਡੇ ਸਕੂਲ ਵੱਲੋਂ ਸਟਾਰਟ ਕੀਤੀ।